ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਸੰਸਦ ਠੱਪ ਹੋਣ ਦੇ ਮੁੱਦੇ ਤੇ ਅਸੀਂ ਗਲੋਬਲ ਪੰਜਾਬ ਟੀਵੀ ਦੇ ਦੋ ਪੜਾਅ ਵੀ ਚਰਚਾ ਕਰ ਰਹੇ ਹਾਂ। ਜਿੱਥੇ ਪਹਿਲੇ ਪੜਾਅ ਦੀ ਚਰਚਾ 'ਚ ਅਸੀਂ ਇਹਨਾਂ ਮੁੱਦਿਆਂ ਨੂੰ ਲਿਆ, ਉੱਥੇ ਦੂਜੇ ਪੜਾਅ ਦੀ ਚਰਚਾ 'ਚ ਅਸੀਂ ਉਹਨਾਂ ਮਹਿਮਾਨਾਂ ਦੇ ਨਾਲ ਸਾ ਹਰਜੀਤ ਸਿੰਘ ਗਰੇਵਾਲ, ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ, ਕਰਨਲ ਸਿਟੀ ਸਿੰਘ ਕੰਬੋਜ, ਪੰਜਾਬ ਕਾਂਗਰਸ ਦੇ ਉਪ ਪ੍ਰਧਾਨ, ਅਤੇ ਇਸੇ ਤਰ੍ਹਾਂ ਸਰਵਜੀਤ ਪੰਦੇਹ, ਸਾਡੇ ਸੀਨੀਅਰ ਜਰਨਲਿਸਟ। ਮੈਂ ਤਿੰਨਾਂ ਮਹਿਮਾਨਾਂ ਨੂੰ ਮੁੜ ਜੀ ਐਂ ਆਖਦਾ। ਮੁੱਦਾ ਇੱਕੋ ਹੈ ਕਿ ਪਾਰਲੀਮੈਂਟ ਠੱਪ ਹੋਈ ਹੈ ਅਤੇ ਦੇਸ਼ ਦੇ ਸਾਹਮਣੇ ਇੱਕ ਬਹੁਤ ਵੱਡਾ ਇਸ਼ੂ ਜਿਹੜਾ ਹੈਗਾ, ਮੈਂ ਉਸ ਮੁੱਦੇ 'ਤੇ ਗਰੇਵਾਲ ਸਾਹਿਬ ਤੁਹਾਡੇ ਨਾਲ ਨਵੇਂ ਜਿਹੜੇ ਸਵਾਲ ਨੂੰ ਲੈ ਕੇ ਹਾਜ਼ਰ ਹੁੰਦਾ। ਇਸ਼ੂ ਇਹ ਹੈ ਕਿ ਜਿਹੜਾ ਸੰਸਦ ਦਾ ਜਿਹੜਾ ਸੈਸ਼ਨ ਜਦੋਂ ਠੱਪ ਹੁੰਦਾ ਜਦੋਂ ਆਪਾਂ ਗੱਲ ਕਰਦੇ ਹਾਂ ਲੋਕਾਂ ਦੇ ਮਸਲਿਆਂ ਦੀ, ਜੇ ਅਸੀਂ ਪਾਰਲੀਮੈਂਟ 'ਚ ਨਹੀਂ ਉਹ ਮਸਲੇ ਉਠਾ ਸਕਦੇ, ਸਟੇਟਾਂ 'ਚ ਨਹੀਂ ਉਠਾ ਸਕਦੇ, ਤਾਂ ਲੋਕਾਂ ਦੇ ਮਸਲੇ ਕਿੱਥੇ ਉਠਾਏ ਜਾਣਗੇ? ਸਵਾਲ ਦੇ ਤੌਰ 'ਤੇ ਕਈ ਇੰਪੋਰਟੈਂਟ ਬਿੱਲ ਹੈਗੇ ਆ, ਜਿਹੜੇ ਹੋਰ ਜਿਹੜੀਆਂ ਡਿਬੇਟਸ ਹੈ ਸਟੇਟ ਦੇ ਇਸ਼ੂ ਆ ਉਹ ਤਾਂ ਅਲੱਗ ਹੈਗੇ ਆ। ਮੈਂ ਜੇ ਉਹਨਾਂ ਮੁੱਦਿਆਂ 'ਤੇ ਜਾਵਾਂ ਜਿਹੜੇ ਬਿੱਲ ਹੈਗੇ ਆ, ਜੇ ਉਹਨਾਂ ਦੀ ਆਪਾਂ ਚਰਚਾ ਕਰਦੇ ਹਾਂ, ਗੁੱਡਸ ਐਂਡ ਸਰਵਿਸ ਟੈਕਸ ਹੈ ਜਿਹੜਾ ਉੱਥੇ ਪੈਂਡਿੰਗ ਪਿਆ, ਇਸੇ ਤਰ੍ਹਾਂ ਲੈਂਡ ਬਿੱਲ ਹੈ ਜਿਹੜਾ ਪੈਂਡਿੰਗ ਪਿਆ, ਰੀਅਲ ਅਸਟੇਟ ਰੈਗੂਲੇਟਰ ਬਿੱਲ ਹੈ ਜਿਹੜਾ ਪੈਂਡਿੰਗ ਪਿਆ, ਇੱਦਾਂ ਹੀ ਕਰਪਸ਼ਨ ਰੋਕੂ ਸੋਧ ਬਿੱਲ ਪੈਂਡਿੰਗ ਪਿਆ, ਅਤੇ ਚਿਲਡਰਨ ਬੱਚਿਆਂ ਨਾਲ ਜੁੜੇ ਜਿਹੜੇ ਹੈਗੇ ਦੋ ਬਿੱਲ ਜਿਹੜਾ ਉਹਨਾਂ ਦੀ ਲੇਬਰ ਬਾਰੇ, ਅਤੇ ਦੂਜੇ ਜਿਹੜੀ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ। ਇਹਨਾਂ ਮੁੱਦਿਆਂ ਦੇ ਉੱਤੇ ਅਹਿਮ ਬਿੱਲ ਜਿਹੜੇ ਬਕਾਇਆ ਪਏ ਆ। ਇਸ ਤੋਂ ਇਲਾਵਾ ਦੇਸ਼ ਤੋਂ ਵੱਖ ਵੱਖ ਹਿੱਸਿਆਂ ਤੋਂ ਜਿਹੜੇ ਚੁਣ ਕੇ ਪਾਰਲੀਮੈਂਟ ਮੈਂਬਰ ਆਉਂਦੇ, ਆਪਣੇ ਹਲਕੇ ਦੀ ਗੱਲ ਕਰਦੇ ਆ, ਆਪਣੀ ਸਟੇਟ ਦੀ ਗੱਲ ਕਰਦੇ ਆ, ਉਹ ਸਾਰੇ ਮੁੱਦੇ ਮੌਨਸੂਨ ਸੈਸ਼ਨ 'ਚ ਰੁੜਦੇ ਨਜ਼ਰ ਆ ਰਹੇ ਆ, ਅਤੇ ਇਹਦੇ 'ਚ ਜ਼ਿੰਮੇਵਾਰੀ ਨਹੀਂ ਬਣਦੀ ਹੈਗੀ ਕਿ ਇਹਨਾਂ ਮੁੱਦਿਆਂ 'ਤੇ ਬਹਿਸ ਕਿਉਂ ਨਾ ਕਰੀ ਜਾਏ। ਬਿਲਕੁਲ ਠੀਕ ਕਹਿ ਰਹੇ ਹੋ ਜਗਤਾਰ ਜੀ, ਜਿੱਥੇ ਡੈਮੋਕ੍ਰੇਸੀ 'ਚ ਸੱਤਾ ਧਿਰ ਜ਼ਰੂਰੀ ਹੁੰਦੀ ਆ, ਉਸ ਤੋਂ ਵੀ ਜ਼ਿਆਦਾ ਜ਼ਰੂਰੀ ਰਿਸਪੋਂਸੀਬਲ ਅਪੋਜੀਸ਼ਨ ਵੀ ਹੁੰਦੀ ਆ ਜੀ। ਮੈਂ ਇਹ ਸਮਝਦਾ ਕਿ ਇਹ ਜਿਹੜੇ ਬਿੱਲ ਨੇ ਬਹੁਤ ਅਹਿਮ ਨੇ ਜੀ, ਲੋਕਾਂ ਦੇ ਲਈ ਬਹੁਤ ਅਹਿਮ ਨੇ, ਔਰ ਇਹਦੇ 'ਤੇ ਚਰਚਾ ਹੋਣੀ ਚਾਹੀਦੀ ਆ। ਜੇ ਆਰਡੀਨੈਂਸ ਆਉਂਦੇ ਨੇ ਤਾਂ ਮੈਂ ਉਹ ਸਮਝਦਾ ਕਿ ਉਹਦੇ 'ਚ ਡੈਮੋਕ੍ਰੇਸੀ ਦਾ ਪ੍ਰਭਾਵ ਘੱਟ ਹੁੰਦਾ, ਔਰ ਡੈਮੋਕ੍ਰੇਸੀ ਦਾ ਪ੍ਰਭਾਵ ਰਹੇ, ਲੋਕਤੰਤਰ 'ਚ ਚਰਚਾ ਹੋ ਕੇ ਹੀ ਸਾਰੇ ਕੰਮ ਹੋਣ ਜੀ ਜੀ, ਔਰ ਉਹ ਸਦਨ ਦੇ ਅੰਦਰ ਹੀ ਹੋਣ ਉਹਨਾਂ ਦੇ ਫੈਸਲੇ, ਇਹ ਬਹੁਤ ਜ਼ਰੂਰੀ ਹੁੰਦਾ ਜੀ, ਨਹੀਂ ਤਾਂ ਕਈ ਵਾਰ ਗਲਤ ਫੈਸਲੇ ਵੀ ਹੋ ਜਾਂਦੇ ਆ। ਓਕੇ, ਔਰ ਇਸ ਲਈ ਮੈਂ ਸਮਝਦਾ ਕਿ ਜਿਹੜੀ ਚਰਚਾ ਨਹੀਂ ਹੋ ਰਹੀ ਇਹ ਦੇਸ਼ ਦੇ ਲਈ ਬਹੁਤ ਮੰਦਭਾਗੀ ਘਟਨਾ, ਔਰ ਇਹ ਹੋਣੀ ਚਾਹੀਦੀ ਹੈ, ਔਰ ਇਹਨਾਂ ਬਿੱਲਾਂ 'ਤੇ ਬੜੇ ਅਹਿਮ ਬਿੱਲ ਨੇ, ਔਰ ਇਹਦੇ ਲਈ ਕਾਂਗਰਸ ਨੂੰ ਰਿਸਪੋਂਸੀਬਲ ਰੋਲ ਅਦਾ ਕਰਨਾ ਚਾਹੀਦਾ, ਜਦੋਂ ਕਿ ਬਾਕੀ ਸਾਰੀਆਂ ਆਪੋਜੀਸ਼ਨ ਜਿਹੜੀਆਂ ਨੇ ਮੈਕਸੀਮਮ ਸਹਿਮਤ, ਉਹ ਸਹਿਮਤ ਨੇ ਔਰ ਉਹ ਚਰਚਾ ਕਰਨਾ ਚਾਹੁੰਦੇ ਨੇ। ਓਕੇ ਓਕੇ, ਕਹਿਣ ਕੰਬੋ, ਜਿੱਦਾਂ ਮੈਂ ਜ਼ਿਕਰ ਕੀਤਾ ਕਿ ਕਈ ਇੰਪੋਰਟੈਂਟ ਬਿੱਲ ਜਿਹੜੇ ਹੈਗੇ ਪਏ ਆ ਸਦਨ ਦੀ ਮੇਜ਼ 'ਤੇ, ਜਿਨ੍ਹਾਂ 'ਚ ਕੁਛ ਚਾਹੇ ਉਹ ਪਾਰਲੀਮੈਂਟਰੀ ਕਮੇਟੀਆਂ ਕੋਲ ਆ ਜਾਂ ਲੋਕ ਸਭਾ 'ਚ ਇੱਕ ਦੋ ਪਾਸ ਹੋ ਚੁੱਕੇ, ਉਹਨਾਂ ਨੇ ਰਾਜ ਸਭਾ ਦੇ ਵਿੱਚ ਜਾਣਾ, ਪਰ ਸਾਰਾ ਐਡਾ ਘਮਸਾਨ ਮੱਚਿਆ ਕਿ ਸਾਰਾ ਕੰਮ ਉੱਥੇ ਦੀ ਥਾਂ ਠੱਪ ਹੈ। ਇਹਦੇ ਨਾਲ ਲੱਗਦਾ ਨਹੀਂ ਕਿ ਦੇਸ਼ ਦੇ ਬਹੁਤ ਵੱਡੇ ਮੁੱਦੇ ਜਿਹੜੇ ਹੈਗੇ ਆ ਉਹ ਵਿਚਾਰੇ ਨਹੀਂ ਜਾ ਰਹੇ ਅਤੇ ਕੰਮ ਠੱਪ ਹੈ? ਗਰੇਵਾਲ ਸਾਹਿਬ ਕਹਿੰਦੇ ਕਿ ਜ਼ਿੰਮੇਵਾਰੀ ਸਾਰੀ ਜਿਹੜੀ ਹੈਗੀ ਹੈ ਕਾਂਗਰਸ ਦੇ ਸਿਰ ਆਉਂਦੀ ਹੈ। ਨਹੀਂ, ਤੁਸੀਂ ਦੇਖੋ, ਮੈਂ ਜਿਹੜੀ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਜੀ, ਉਹ ਮੈਂ ਉਹ ਦੋ ਲਾਈਨਾਂ ਦੇ ਵਿੱਚ ਕਰ ਦਿੰਦਾ ਕਿ ਪਹਿਲੀ ਤਾਂ ਜੱਟੀ ਸਾਹਿਬ ਨੇ ਕਿਹਾ ਸੀਗਾ ਕਿ ਵੀ ਉਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ। ਦੂਸਰੀ ਗੱਲ, ਗਰੇਵਾਲ ਸਾਹਿਬ ਨੇ ਕੱਲ੍ਹ ਕਿਹਾ ਸੀਗਾ ਕਿ ਵੀ ਜੇ ਪਹਿਲਾਂ ਕੋਈ ਗਲਤੀ ਹੋਈ ਹੈ ਤਾਂ ਹੁਣ ਗਲਤੀ ਨਹੀਂ ਹੋਣੀ ਚਾਹੀਦੀ। ਠੀਕ ਹੈ, ਇਹ ਗਰੇਵਾਲ ਸਾਹਿਬ ਦੀ ਗੱਲ ਮੈਂ ਮੰਨਦਾ ਹੈਗਾ। ਜਿਹੜੀ ਗੱਲ ਪ੍ਰੋਬਲਮ ਦੀ ਹੈ, ਅੱਜ 27 ਬੰਦੇ ਕੱਢੇ, ਜਿੰਨੀ ਕਾਂਗਰਸੀ ਸਾਰੀ ਕੱਢ ਦਿੱਤੀ, ਰਾਈਟ, ਆਪੋਜੀਸ਼ਨ ਦੀ ਜਿਹੜਾ ਗਲਾ ਘੁੱਟ ਦਿੱਤਾ। ਇਹ ਬੀਬੀ ਸੁਮਿਤਰਾ ਮਹਾਜਨ, ਇਹਨੂੰ 20 ਵਾਰੀ ਵੈਲ ਦੇ ਵਿੱਚ ਦੇਖਿਆ ਹੈਗਾ ਕਿ ਜਿਹੜਾ ਹੈ ਉਹ ਕੰਮ ਨਹੀਂ ਕਰਨ ਦੇਣਾ, ਸਾਰੇ ਹਿੰਦੁਸਤਾਨ ਨੇ ਦੇਖਿਆ, ਵੈਲ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਪਾਉਂਦੇ ਆ ਜੀ। ਅੱਜ ਉਹ ਲੋਕ ਸਭਾ ਦੇ ਸਪੀਕਰ ਨੇ, ਅੱਜ ਗੱਲ ਹੋਰ ਤਰ੍ਹਾਂ ਕਰਦੇ ਨੇ। ਜੇ ਗਲਤੀਆਂ ਪਹਿਲਾਂ ਹੋਈਆਂ ਨੇ ਤਾਂ ਕਹਿ ਬੀਜੇਪੀ ਪ੍ਰਧਾਨ ਮੰਤਰੀ ਜੀ ਕਹਿਣ ਕਿ ਅਸੀਂ ਗਲਤੀਆਂ ਕਰਦੇ ਰਹੇ ਹਾਂ, ਜਨਤਕ ਤੌਰ 'ਤੇ ਮਾਫ਼ੀ ਮੰਗਣ, ਅਤੇ ਤੁਸੀਂ ਜਿਹੜਾ ਹੈਗਾ ਅਸੀਂ ਤੁਹਾਡੇ ਕੋਲੋਂ ਇੰਨੇ ਇੰਨੇ ਅਸਤੀਫੇ ਲਏ, ਅਸੀਂ ਅਸਤੀਫੇ ਦਿੰਦੇ ਹਾਂ। ਪਵਨ ਬਾਂਸਲ ਜੀ ਦੇ ਉੱਤੇ ਝੂਠਾ ਮੁੱਠਾ ਇਲਜ਼ਾਮ ਲਾਇਆ ਸੀ, ਉਹ ਵੀ ਉਹਨਾਂ ਦੇ ਭਾਣਜੇ ਨੇ 90 ਲੱਖ ਰੁਪਏ ਲੈ ਲਿਆ। ਮੇਰੀ ਇੱਕ ਮਿੰਟ ਗੱਲ, ਇੱਕ ਸੈਕਿੰਡ ਹੋਰ, ਕਿ ਜੇ ਉਹਨਾਂ ਨੇ ਪਵਨ ਬਾਂਸਲ ਤੋਂ ਅਸਤੀਫਾ ਲਿਆ ਕਿ ਉਹਦੇ ਭਾਣਜੇ ਦੇ ਉੱਤੇ ਕੇਸ ਹੈ, ਤਾਂ ਹੁਣ ਤਾਂ ਇਹਨਾਂ ਦੇ ਉੱਤੇ ਸਿੱਧੇ ਕੇਸ ਨੇ। 10 ਰੁਪਏ ਦਾ ਜਿਹੜਾ ਸ਼ੇਅਰ ਹੈ ਉਹ 1-1 ਲੱਖ ਰੁਪਏ ਦਾ ਵੇਚਿਆ ਹੈਗਾ, ਸਿੱਧਾ ਕੇਸ ਹੈਗਾ। ਦੁਸ਼ਯੰਤ ਦੇ ਉੱਤੇ ਕਿੰਨੇ ਕੇਸ ਨੇ, ਉਹਨਾਂ ਦੇ ਮੁੰਡੇ ਦੇ ਉੱਤੇ ਕਿੰਨੇ ਕੇਸ ਨੇ, ਇਸ ਜਿਹੜੇ ਵੀ ਕੇਸ ਦੇ ਸਾਹਮਣੇ ਨੇ। ਔਰ ਜਿਹੜੀ ਅੱਜ ਸੁਸ਼ਮਾ ਸਵਰਾਜ ਜੀ ਨੇ ਇਹਨਾਂ ਨੇ ਗੱਲ ਕੀਤੀ ਕਿ ਉਹਨੇ ਕਿਹਾ ਮੈਂ ਨਹੀਂ ਦਿੱਤੀ ਚਿੱਠੀ, ਸਾਰਿਆਂ ਨੇ ਤਾਂ ਜਿਹੜੀ ਹੈ ਟੀਵੀ ਨੇ ਉਹ ਚਿੱਠੀ ਸਾਹਮਣੇ ਦਿਖਾ ਦਿੱਤੀ, ਉੱਥੇ ਲਿਖਿਆ ਹੋਇਆ ਵੱਡਾ ਵੱਡਾ ਦਿਖਾ ਕਹਿੰਦੇ ਕਿ ਇਹਨੂੰ ਡਿਬੇਟ ਹੋਣ ਤੋਂ ਡਿਬੇਟ ਦੇ ਵਿੱਚ ਆ ਗਈ। ਇਹੀ ਗੱਲ ਤਾਂ ਅਸੀਂ ਕਹਿੰਦੇ ਸੀ ਜੀ, ਉਦੋਂ ਕਿਉਂ ਨਹੀਂ ਸੀ ਮੰਨਦੇ? ਜੇ ਇਹਨਾਂ ਦਾ ਲੋਕਾਂ ਦੇ ਪ੍ਰਤੀ ਕੋਈ ਹਿੱਤ ਹੈ, ਜੇ ਸਮਝਦੇ ਨੇ ਕਿ ਕਰੋੜਾਂ ਰੁਪਇਆ ਵੇਸਟ ਹੋ ਰਿਹਾ, ਤਾਂ ਜੋ ਅਸੀਂ
ਪਹਿਲਾਂ ਅਸਤੀਫੇ ਦਿੰਦੇ ਰਹੇ ਹੈਗੇ ਆ, ਜਦੋਂ ਵੀ ਇੱਦਾਂ ਦੇ ਕੇਸ ਹੋਏ ਤਾਂ ਇਹਨਾਂ ਦੀ ਕੀ ਪ੍ਰੋਬਲਮ ਹੈ? ਇਹ ਕਹਿਣ ਕਿ ਮਾਫ਼ੀ ਮੰਗਣ ਕਿ ਅਸੀਂ ਗਲਤੀ ਕੀਤੀ, ਆ ਅਸੀਂ ਲੈਂਦੇ ਹੈਗੇ ਹਾਂ ਅਤੇ ਕੱਲ੍ਹ ਨੂੰ ਡਿਬੇਟ ਸ਼ੁਰੂ ਕਰਾ ਲੈਣ। ਓਕੇ ਓਕੇ, ਤੁਸੀਂ ਇਸ ਮੁੱਦੇ 'ਤੇ ਤਿਆਰ ਹੋ। ਪਿੰਦਰ ਸਰ, ਜਿਹੜੇ ਆਪਾਂ ਗੱਲ ਕਰਦੇ ਹਾਂ ਕਿ ਇਹਨਾਂ ਦੇ ਇੰਪੋਰਟੈਂਟ ਬਿੱਲ ਹੈ, ਤੁਸੀਂ ਲੰਬੇ ਸਮੇਂ ਤੋਂ ਮੈਂ ਦੇਖਿਆ ਕਿ ਪੰਜਾਬ ਵਿਧਾਨ ਸਭਾ ਵੀ ਕਵਰ ਕਰਦੇ ਰਹੇ ਹੋ, ਇੱਕ ਬਹੁਤ ਹੀ ਖਾਸ ਮੌਕਾ ਹੁੰਦਾ। ਪਹਿਲਾਂ ਤਾਂ ਸੈਸ਼ਨ ਹੀ ਬੜੇ ਲਿਮਿਟਡ ਹੁੰਦੇ ਹੈ, ਜਿੱਦਾਂ ਕਿ ਹੁਣ ਸਾਰੀਆਂ ਪਾਰਟੀਆਂ ਦਾ ਕਲਚਰ ਹੈ, ਚਾਹੇ ਕਾਂਗਰਸ ਹੈ, BJP ਹੈ ਜਾਂ ਦੂਜੇ ਲੋਕ ਵੀ ਜਦੋਂ ਜਿੱਤ ਕੇ ਆਉਂਦੇ ਹੈ, ਤਾਂ ਸੋਚਦੇ ਕਿ ਸੈਸ਼ਨ ਜਿਹੜੇ ਹੈਗੇ ਆ ਛੋਟੇ ਤੋਂ ਛੋਟੇ ਕੀਤੇ ਜਾਣ। ਜਿਹੜੇ ਅੱਗੇ ਸੈਸ਼ਨ 3-3 ਮਹੀਨੇ ਚੱਲਦੇ ਸੀ, 2-2 ਮਹੀਨੇ ਚੱਲਦੇ ਸੀ, ਹੁਣ 15 ਦਿਨਾਂ ਦਾ ਆ ਗਏ, 15 ਦਿਨ ਤੋਂ 5 ਦਿਨ 'ਤੇ ਆ ਗਏ, ਔਰ 5 ਦਿਨ ਦੇ ਸੈਸ਼ਨ ਵੀ ਇੱਦਾਂ ਚੱਲਣ ਲੱਗੇ ਤਾਂ ਲੋਕਾਂ ਦੇ ਮੁੱਦਿਆਂ 'ਤੇ ਉੱਥੇ ਕੋਈ ਗੱਲ ਹੀ ਨਹੀਂ ਹੋ ਰਹੀ। ਸਿੱਧੂ ਸਾਹਿਬ, ਪੰਜਾਬ ਅਸੈਂਬਲੀ ਦੀ ਤੁਸੀਂ ਗੱਲ ਕੀਤੀ, ਆਪਾਂ ਲਾਗਲੀਆਂ ਸੀਟਾਂ 'ਤੇ ਬੈਠੇ ਹੁੰਦੇ ਸੀ ਅਤੇ ਕਈ ਵਾਰੀ ਆਪਾਂ ਬੈਠ ਕੇ ਆਪਾਂ ਪ੍ਰੋਡਿਕਟ ਕਰ ਦਿੰਦੇ ਸੀ ਵੀ ਅੱਜ ਵਾਕਆਊਟ ਹੋਊ, ਅੱਜ ਹਾਊਸ ਅਡਜਰਨ ਹੋਊ, ਕਿਉਂਕਿ ਤੁਹਾਨੂੰ ਪਹਿਲਾਂ ਹੀ ਮੂਡ ਬਣਾ ਕੇ ਆਉਂਦੇ। ਹਾਂ, ਉਹ ਦੇਖਣ ਨੂੰ ਲੱਗ ਜਾਂਦਾ। ਔਰ ਹੁਣ ਕਿਉਂਕਿ ਪਹਿਲਾਂ ਤਾਂ ਸਿਰਫ ਆਪਾਂ ਦੇਖਦੇ ਸੀ ਔਰ ਰਿਪੋਰਟ ਕਰਦੇ ਸੀ, ਹੁਣ ਇਹਦੀਆਂ ਜਿਹੜੀਆਂ ਪ੍ਰੋਸੀਡਿੰਗਸ ਨੇ ਇਹ ਲਾਈਵ ਲੋਕਾਂ ਦੇ ਸਾਹਮਣੇ ਆਉਂਦੀਆਂ। ਜੀ ਜੀ। ਔਰ ਮੈਂ ਇਹ ਕਹਿੰਦਾ ਜਿਸ ਤਰ੍ਹਾਂ ਲੋਕਾਂ ਦੇ ਨਾਲ ਹੁੰਦੀ ਉਸੇ ਤਰ੍ਹਾਂ ਲੋਕਾਂ ਦੇ ਰਿਪ੍ਰੈਜੈਂਟੇਟਿਵਸ ਨਾਲ ਵੀ ਹੋਣੀ ਚਾਹੀਦੀ ਹੈ। ਜਦ ਆਮ ਇੱਕ ਮੁਲਾਜ਼ਮ ਜਾਂ ਕਿਸਾਨ ਜਦੋਂ ਐਜੀਟੇਟ ਕਰਦਾ, ਉਹਨੂੰ ਚੱਕ ਕੇ ਜੀ ਉਹਨੂੰ ਨੋ ਵਰਕ ਨੋ ਪੇ, ਉਸੇ ਤਰ੍ਹਾਂ ਜਿਹੜੇ ਇਹ ਰਿਪ੍ਰੈਜੈਂਟੇਟਿਵ ਨੇ, ਨੋ ਵਰਕ ਨੋ ਪੇ, ਇਹਨਾਂ ਦੇ ਜਿਹੜੇ ਪਰਕਸ ਨੇ ਇਹ ਸਿਰਫ ਇਹਨਾਂ ਕੋਲੋਂ ਵਸੂਲੇ ਨਹੀਂ ਜਾਣੇ ਚਾਹੀਦੇ, ਇਹਨਾਂ 'ਤੇ ਪੈਨਲਟੀਆਂ ਲੱਗਣੀਆਂ ਚਾਹੀਦੀਆਂ ਵੀ ਇੰਨੀ ਪੈਨਲਟੀ ਤੁਸੀਂ ਅੱਜ ਕੰਮ ਨਹੀਂ ਕੀਤਾ। ਪਰ ਪੰਦੇਰ ਸਾਹਿਬ, ਕੋਈ ਸੋਲਿਊਸ਼ਨ ਤਾਂ ਨਹੀਂ ਹੈ? ਨਹੀਂ, ਬਿਲਕੁਲ ਜੀ। ਦੂਸਰੀ ਗੱਲ ਇਹ ਹੈ ਕਿ ਰਿਸਪੋਂਸੀਬਿਲਟੀ ਗੱਲ ਇਹ ਹੈ ਵੀ ਜਿਹੜੀ ਸਰਕਾਰਾਂ ਹੁੰਦੀ, ਜਿਹੜੀ ਹਾਕਮ ਧਿਰ, ਉਹਦੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਜੀ ਉਹਨੂੰ ਉਦਾਰਪਣਾ ਦਿਖਾਉਣਾ ਚਾਹੀਦਾ, ਉਹਨੂੰ ਐਡਜਸਟ ਕਰਨਾ ਚਾਹੀਦਾ, ਉਹਨੂੰ ਬਹੁਤ ਸਾਰੀ ਓਪੀਨੀਅਨ ਕ੍ਰਿਟੀਸਿਜ਼ਮ ਖੁੱਲੇ ਮਨ ਦੇ ਨਾਲ ਆਉਣਾ ਚਾਹੀਦਾ। ਔਰ ਓਪੋਜੀਸ਼ਨ ਦੀ ਹੁਣ ਅੱਜ ਕੱਲ੍ਹ ਹਿੰਦੁਸਤਾਨ ਦੇ ਵਿੱਚ ਜਿਹੜੇ ਹੁਣ ਆਪਾਂ ਜੇ ਇੱਥੇ ਸੜਕ ਰੋਕਦੇ, ਆਮ ਜਿਹੜਾ ਸਧਾਰਨ ਨਾਗਰਿਕ ਆ ਉਹ ਔਖਾ ਹੁੰਦਾ। ਹੁਣ ਉਸੇ ਤਰ੍ਹਾਂ ਓਪੋਜੀਸ਼ਨ ਦੀ ਹੁਣ ਰਿਸਪੋਂਸੀਬਿਲਟੀ ਬਣਦੀ ਹੈ ਵੀ ਜਿਹੜਾ ਹੁਣ ਤੁਹਾਡਾ ਪ੍ਰੋਟੈਸਟ ਦਾ ਤਰੀਕਾ ਹੈਗਾ ਉਹਨੂੰ ਬਦਲੋ। ਓਕੇ, ਪ੍ਰੋਟੈਸਟ ਹੋਣਾ ਚਾਹੀਦਾ, ਬਿਲਕੁਲ ਸਰਕਾਰ ਦੀ ਜਿਹੜੀ ਹੈਗੀ ਆ ਉਹ ਨੁਕਤਾਚੀਨੀ ਵੀ ਹੋਣੀ ਚਾਹੀਦੀ ਹੈ, ਪ੍ਰੋਟੈਸਟ ਵੀ ਬਦਲਣਾ ਚਾਹੀਦਾ, ਪਰ ਪ੍ਰੋਟੈਸਟ ਦੇ ਵਿੱਚ ਜਿਹੜਾ ਕੰਮ ਰੋਕਣਾ ਸਿਰਫ ਉਹ ਇੱਕ ਨਹੀਂ ਹੈ। ਮੈਨੂੰ ਇੱਕ ਦੋਸਤ ਨੇ ਦੱਸਿਆ ਕਿ ਜਾਪਾਨ ਦੇ ਵਿੱਚ ਉਹਨਾਂ ਨੇ ਜਿਹੜੇ ਵਰਕਰਸ ਨੇ ਉਹਨਾਂ ਨੇ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ ਇੱਕ ਪ੍ਰੋਟੈਸਟ ਦਾ ਕੰਮ ਕੀਤਾ। ਉਹ ਫੈਕਟਰੀ ਦੇ ਵਿੱਚ ਇਹ ਨਹੀਂ ਕਰਦੇ ਕਿ ਅਸੀਂ ਹੜਤਾਲ ਕਰਤੀ ਹੁਣ ਕੰਮ ਨਹੀਂ ਕਰਨਾ, ਉਹ ਜਿਹੜਾ ਰੋ ਮਟੀਰੀਅਲ ਹੁੰਦਾ ਉਹਦਾ ਸਾਰਾ ਪ੍ਰੋਡਕਟ ਬਣਾਉਂਦੇ ਨੇ ਉਹ ਸਰਕਾਰ, ਉਹਨਾਂ ਦੀ ਮਾਲਕ ਨੂੰ ਇਹ ਹੁੰਦਾ ਹੁਣ ਇਹ ਸੰਭਾਲੀਏ ਕਿਸੇ, ਉਹ ਐਕਸਟਰਾ ਕੰਮ ਕਰਦੇ ਆ। ਉਹ ਜਦੋਂ ਕਹਿੰਦੇ ਉਹਨਾਂ ਦੀ ਯੂਨੀਅਨ ਕਹਿੰਦੀ ਵੀ ਅੱਜ 1 ਘੰਟਾ ਫਾਲਤੂ ਕੰਮ ਦੇਵਾਂਗੇ, ਔਰ ਮਾਲਕਾਂ ਨੂੰ ਇਹ ਹੁੰਦਾ ਵੀ ਹੁਣ ਸਮਾਨ ਵੇਚਣਾ ਕਿੱਥੇ, ਅਪਰੋਚ ਜਿਹੜੀ ਬਦਲਣ ਦੀ ਜ਼ਰੂਰਤ, ਬਿਲਕੁਲ ਅਪਰੋਚ ਬਦਲਣ ਦੀ ਦੋਨਾਂ ਦੇ ਵਾਸਤੇ ਜਿਹੜੀ ਹੈਗੀ ਹੈ। ਜੇ ਉਹ ਪੋਲੀਟੀਕਲੀ ਇਸ ਦੇਸ਼ ਦੇ ਨਾਲ ਪੋਲੀਟੀਕਲੀ ਓਨੈਸਟ ਨੇ, ਓਨੈਸਟ ਨੇ ਮੈਂ ਇਹ ਕਹਿਣਾ ਚਾਹੁੰਦਾ, ਇਹ ਡਿਸਓਨੈਸਟੀ ਦਾ ਕੰਮ ਹੈ, ਇਹ ਜਿਹੜੀ ਜਿਹੜੀ ਇਹ ਰੌਲਾ ਹੈ, ਜਿਹੜਾ ਇੰਪੈਸੇ ਹੈ, ਜਿਹੜਾ ਬਿਲਕੁਲ ਇਹ ਜਿਹੜਾ ਕੰਮ ਖੜਾ ਹੈ, ਇਹ ਪੋਲੀਟੀਕਲ ਡਿਸਓਨੈਸਟੀ ਦਾ ਇੱਕ ਇੱਕ ਜਿਹੜੇ ਕਹਿੰਦੇ ਐਗਜ਼ਾਮਪਲ ਹੈ। ਜੇ ਦੋਨੋਂ ਧਿਰਾਂ ਪੋਲੀਟੀਕਲੀ ਓਨੈਸਟ ਨੇ ਸਾਡੇ ਦੇ ਨਾਲ ਔਰ ਲੋਕਾਂ ਦੇ ਵਾਸਤੇ ਕੰਮ ਕਰਨਾ ਚਾਹੁੰਦੇ, ਇਹਨਾਂ ਨੂੰ ਆਪਣੀ ਜਿਹੜਾ ਰਵੱਈਆ ਸਹਿਮਤੀ। ਗਰੇਵਰ ਸਰ, ਜਦੋਂ ਇੱਦਾਂ ਦੀ ਗੱਲ ਪੰਦੇਸ਼ ਸਾਹਿਬ ਕਹਿ ਰਿਹਾ ਕਿ ਜੇ ਆਪਾਂ ਪਿਛਲੀ ਗੱਲ ਦੇਖੀਏ ਕਿ ਜਿਹੜਾ ਸਹਿਮਤੀ ਵਾਲਾ ਮਾਹੌਲ ਕੋਈ ਜ਼ਮਾਨਾ ਸਾਡੀ ਪਾਰਲੀਮੈਂਟ 'ਚ ਵੀ ਰਿਹਾ, ਵਿਧਾਨ ਸਭਾ 'ਚ ਵੀ, ਲੱਗਦਾ ਕਿ ਉਹ ਤਾਂ ਅਸੀਂ ਭੁੱਲ ਹੀ ਗਏ ਹਾਂ। ਤੁਹਾਡੇ ਆਪਣੇ ਹੀ ਜਿਹੜੇ ਨੇਤਾ ਵਾਜਪਾਈ ਜੀ, ਇੱਕ ਵਾਰੀ ਉਹਨਾਂ ਨੇ ਪਾਰਲੀਮੈਂਟ 'ਚ ਖੜ੍ਹੇ ਹੋ ਕੇ ਇੰਦਰਾ ਗਾਂਧੀ ਦੀ ਖੁੱਲ੍ਹ ਕੇ ਤਾਰੀਫ ਕਰੀ ਸੀ। ਹੁਣ ਜਿੱਦਾਂ ਪੰਦੇਸ਼ ਜੀ ਨੇ ਕਿਹਾ ਕਿ ਲੱਗਦਾ ਉਹਦਾ ਜ਼ਮਾਨਾ ਹੀ ਨਿਕਲ ਗਿਆ ਕਿ ਵਿਰੋਧੀ ਧਿਰ ਦੇ ਨੇਤਾ ਔਰ ਰੂਲਿੰਗ ਗਰੁੱਪ ਆਪਸ ਵਿੱਚ ਕੋਈ ਸਾਹ ਨਾਂ ਦੀ ਗੱਲ ਹੀ ਨਹੀਂ ਰਹੀ, ਕੋਈ ਸਹਿਮਤੀ ਬਣਾਉਣ ਲਈ ਜਿਹੜਾ ਹੈਗਾ ਹੁਕਮਰਾਨ ਤੇ ਵੱਡਾ ਦਿਲ ਨਹੀਂ ਦਿਖਾ ਸਕਦੀ। ਨਹੀਂ, ਸਹਿਮਤੀ ਬਣਾਉਣ ਲਈ ਕੀ ਵੱਡਾ ਦਿਲ ਦਿਖਾਇਆ ਜਾ ਸਕਦਾ? ਸਭ ਤੋਂ ਬੜੀ ਗੱਲ ਆ ਕਿ ਬਹਿਸ ਲਈ ਤਿਆਰ ਆ, ਔਰ ਬਹਿਸ ਦੇ ਅੰਦਰ ਪੂਰੀ ਦੇਸ਼ ਔਰ ਦੁਨੀਆ ਦੇਖਦੀ ਆ ਅੱਜ ਕੱਲ੍ਹ ਤਾਂ ਪ੍ਰੋਸੀਡਿੰਗਸ ਨੂੰ। ਪੰਦੇਰ ਸਾਹਿਬ ਨੇ ਵੀ ਕਿਹਾ ਔਰ ਸਾਨੂੰ ਵੀ ਪਤਾ ਉਸ ਚੀਜ਼ ਦਾ, ਅਤੇ ਜੇ ਅਸੀਂ ਕਿਤੇ ਗਲਤ ਹੋਵਾਂਗੇ ਉਸ ਬਹਿਸ ਸਾਹਮਣੇ ਆਏਗੀ ਗੱਲ, ਦੇਸ਼ ਦੇ ਲੋਕ ਦੇਖਣਗੇ, ਆਪਣੇ ਆਪ ਸਾਨੂੰ ਨਕਾਰ ਦੇਣਗੇ। ਜੀ ਜੀ, ਅਪੋਜੀਸ਼ਨ ਤਾਂ ਉਹ ਟਾਈਮ ਹੀ ਨਹੀਂ ਦੇਣਾ ਚਾਹੁੰਦੀ, ਉਹਨਾਂ ਨੂੰ ਲੱਗਦਾ ਕਿ ਇਹਦੇ 'ਚ ਕੋਈ ਗਲਤੀ ਹੈ ਨਹੀਂ। ਜੋ ਰਾਜਨਾਥ ਸਿੰਘ ਦੀ ਗੱਲ ਇਹਨਾਂ ਨੇ ਕੀਤੀ ਗ੍ਰਹਿ ਮੰਤਰੀ ਜੀ ਦੀ, ਜੀ ਜੀ, ਉਹ ਇਹ ਸੀ, ਉਹਨਾਂ ਨੇ ਇਹ ਕਿਹਾ ਸੀ ਕਿ UPA ਦੀ ਸਰਕਾਰ ਦੇ ਟਾਈਮ ਜਿਸ ਤਰ੍ਹਾਂ ਦੇ ਗਲਤ ਕੰਮ ਹੁੰਦੇ ਸੀ ਸਾਡੀ ਸਰਕਾਰ 'ਚ NDA ਵਿੱਚ ਨਹੀਂ ਹੁੰਦੇ, ਔਰ ਇਸ ਕਰਕੇ ਸਾਨੂੰ ਰਿਜ਼ਾਈਨ ਦੇਣ ਦੀ ਜ਼ਰੂਰਤ ਨਹੀਂ ਪੈਣੀ, ਤਾਂ ਇਹ ਉਹਨਾਂ ਨੇ ਕਿਹਾ ਸੀ। ਓਕੇ, ਅਤੇ ਉਹਦਾ ਮਤਲਬ ਇਹ ਸੀ ਇਹਨਾਂ ਨੇ ਦੂਸਰੀ ਤਰਫ ਜਾ ਕੇ ਦੱਸਣਾ ਸ਼ੁਰੂ ਕਰਤਾ, ਅਤੇ ਜੇ ਉੱਥੇ ਚਰਚਾ ਹੋਏਗੀ, ਚਰਚਾ 'ਚ ਗੱਲ ਸਾਹਮਣੇ ਆਏਗੀ, ਜੇ ਅਸੀਂ ਗਲਤ ਹੋਵਾਂਗੇ ਤਾਂ ਪੂਰੀ ਦੁਨੀਆ ਸਾਨੂੰ ਦੇਖੇਗੀ। ਜੀ ਜੀ, ਜਿੱਦਾਂ ਮੈਂ ਵਾਜਪਾਈ ਹੁਣਾਂ ਦਾ ਜ਼ਿਕਰ ਕੀਤਾ, ਇਸ ਵੇਲੇ ਦੇਸ਼ 'ਚ ਜਿੱਦਾਂ ਦਾ ਮਾਹੌਲ ਬਣ ਲਿਆ, ਲੱਗਦਾ ਕਿ ਜਿਹੜੇ ਇੰਪੋਰਟੈਂਟ ਇਸ਼ੂ ਆ, ਜਿੱਦਾਂ ਮੈਂ ਦਹਿਸ਼ਤਗਰਦੀ ਦੀ ਗੱਲ ਕੀਤੀ ਹੈ, ਈਵਨ ਉਹਨਾਂ ਮੁੱਦਿਆਂ ਦੇ ਉੱਤੇ ਵੀ ਇੱਕ ਦੂਜੇ ਨੂੰ ਪੋਲੀਟੀਕਲ ਬਲੇਮ ਗੇਮ ਜਿਹੜੀ ਹੈਗੀ ਚੱਲ ਰਹੀ ਹੈ, ਕੋਈ ਸਹਿਮਤੀ ਲੱਗਦਾ ਹੀ ਨਹੀਂ ਕਿਸੇ ਇਸ਼ੂ ਦੇ ਉੱਤੇ ਕਿ ਪਾਰਲੀਮੈਂਟ ਦੇ ਅੰਦਰ ਸਹਿਮਤੀ ਵੀ ਬਣ ਸਕਦੀ ਹੈ। ਸਿੱਧੂ ਸਾਹਿਬ, ਬਲੇਮ ਤਾਂ ਦੂਸਰੇ ਪਾਸੇ, ਪਰ ਜਿਹੜੀ ਹੈਗੀ ਆ ਐਟ ਦੀ ਜਿਹੜਾ ਜੇ ਪਰਤ ਖੋਲੋ ਤਾਂ ਫਿਰ ਤਾਂ
ਬੜਾ ਓਕੇ ਆਈ ਐਮ ਸੌਰੀ ਕਿ ਮੈਂ ਬ੍ਰੇਕ ਲੈਣ ਵੱਲ ਜਾ ਰਿਹਾ ਬੜਾ ਇੰਪੋਰਟੈਂਟ ਮੁੱਦਾ ਮੈਂ ਤੁਹਾਡੇ ਨਾਲ ਬ੍ਰੇਕ ਤੋਂ ਬਾਅਦ ਇਸ ਮੁੱਦੇ 'ਤੇ ਚਰਚਾ ਕਰਦਾ ਅਸੀਂ ਆਪਣੇ ਮਹਿਮਾਨਾਂ ਦੇ ਨਾਲ ਸੰਸਦ ਦੇ ਜਿਸ ਮੁੱਦੇ ਨੂੰ ਲੈ ਕੇ ਚਰਚਾ ਕਰੇ ਕਿ ਅਹਿਮ ਸਵਾਲ ਹੈ ਜਿਹੜੇ ਅਸੀਂ ਅਜੇ ਮਹਿਮਾਨਾਂ ਨਾਲ ਕਰਨੇ ਆ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਦੇ ਬਾਅਦ ਗਲੋਬਲ ਪੰਜਾਬ ਟੀ ਵੀ ਦੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ ਆਪਾਂ ਬ੍ਰੇਕ ਤੋਂ ਪਹਿਲਾਂ ਚਰਚਾ ਕਰੇ ਕਿ ਸੰਸਦ ਦੇ ਵਿੱਚ ਜਿਹੜਾ ਖੜੋਤ ਪੈਦਾ ਹੋਈ ਹੈ ਉਹਦੇ ਨਾਲ ਕਿਹੋ ਜਿਹੇ ਮੁੱਦੇ ਉੱਭਰ ਕੇ ਸਾਡੇ ਸਾਹਮਣੇ ਆ ਰਹੇ ਪੰਦੇ ਸਾਹਿਬ ਬ੍ਰੇਕ ਤੋਂ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਦਹਿਸ਼ਤਵਾਦ ਦੇ ਮੁੱਦੇ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਕਿ ਕਿਸ ਤਰੀਕੇ ਦੀ ਸਥਿਤੀ ਜਿਹੜੀ ਹੈਗੀ ਹੈ ਅਪਰੋਚ ਪਾਰਟੀਆਂ ਦੀ ਬਣੀ ਹੋਈ ਹੈ ਨਹੀਂ ਜਿਹੜਾ ਦਹਿਸ਼ਤਗਰਦੀ ਦੀ ਗੱਲ ਹੈਗੀ ਹੈ ਨਾ ਦਹਿਸ਼ਤਗਰਦੀ ਦੀ ਤੁਸੀਂ ਸਿੱਧੂ ਸਾਹਿਬ ਆਪਾਂ ਮੈਂ ਤਾਂ ਆਪਣੇ ਆਪ ਨੂੰ ਇਹੀ ਕਹਿੰਦਾ ਮੈਂ ਤਾਂ ਬਾਈ ਪ੍ਰੋਡਕਟ ਹੈ ਜੇ ਇਹਦੀ ਦਹਿਸ਼ਤਗਰਦੀ ਤਾਂ ਮੇਰੀ ਜਰਨਲਿਜ਼ਮ ਜੇ ਦਹਿਸ਼ਤਗਰਦੀ ਨਾ ਹੁੰਦੀ ਸ਼ਾਇਦ ਨੌਕਰੀਆਂ ਉਦੋਂ ਨਾ ਮਿਲਦੀ ਓਕੇ ਓਕੇ ਪਰ ਗੱਲ ਜਿਹੜੀ ਉਹ ਜਿਹੜੀ ਦਹਿਸ਼ਤਗਰਦੀ ਜਿਹੜੀ ਇਸ ਚਰਮ ਸੀਮਾ ਤੱਕ ਪਹੁੰਚੀ ਆ ਉਹਨੂੰ ਜੇ ਤੁਸੀਂ ਉਹਦਾ ਧਿਆਨ ਦੇਖੋ ਉਹਦੇ ਸ਼ੁਰੂ ਤੋਂ ਪਹਿਲਾਂ ਕੀ ਸੀਗਾ ਤੁਹਾਡਾ ਸਿਕਿਉਰਿਟੀ ਇਨਵਾਇਰਮੈਂਟ ਕੀ ਸੀ ਤੁਹਾਡੇ ਕੋਲ ਸਿਕਿਉਰਿਟੀ ਫੋਰਸਿਸ ਸੀਗੀ ਪੁਲਿਸ ਹੁੰਦੀ ਸੀ ਅਤੇ ਇੱਕ BSF ਹੁੰਦੀ ਸੀ ਇੱਕ ਫੌਜ ਹੁੰਦੀ ਸੀ ਇੰਨੀ ਸੀ ਸਾਡੇ ਦਹਿਸ਼ਤਗਰਦੀ ਸ਼ੁਰੂ ਹੋ ਗਈ ਫਿਰ ਜੀ ਸਾਡੀ ਇੱਕ ਜੀ ਕਦੇ ਕੋਈ ਹੁਣ NSG ਬਣ ਗਈ ਕਦੇ SPG ਬਣ ਗਈ ਕਦੇ SWAT ਬਣ ਗਈ ਕਦੇ ਕੁਛ ਬਣ ਗਈ CSIF ਕਦੇ ਉਹ ਹੁਣ ਇਹੋ ਜਿਹੇ ਔਖੇ ਨਾਂ ਨੇ ਜਿਨ੍ਹਾਂ ਦੇ ਨਾਂ ਵੀ ਨਹੀਂ ਲੈ ਜਾਂਦੇ ਇਹੋ ਜਿਹੀਆਂ ਸਿਕਿਉਰਿਟੀ ਉਹੀ ਮੈਂ ਦੱਸ ਰਿਹਾ ਔਰ ਉਹਨਾਂ ਨੂੰ ਲੈਸ ਕਿਹੜੇ ਕਿਹੜੇ ਹਥਿਆਰਾਂ ਨਾਲ ਕੀਤਾ ਗਿਆ ਉਸ ਤੋਂ ਬਾਵਜੂਦ ਦਹਿਸ਼ਤਗਰਦੀ ਇਸ ਦੇਸ਼ 'ਚ ਵਧੀ ਜਾ ਰਹੀ ਹੈ ਪਾਰਲੀਮੈਂਟ ਇਕੱਲੀ ਪਾਰਲੀਮੈਂਟ ਨਹੀਂ ਸਟੇਟ ਅਸੈਂਬਲੀਜ਼ ਜਿਹੜੀ ਹੈਗੀ ਉਹਨਾਂ ਦੇ ਬਜਟ ਜਿਹੜੇ ਹੈਗੇ ਆ ਜੀ ਉਹ ਦਹਿਸ਼ਤਗਰਦੀ ਨੂੰ ਕਾਊਂਟਰ ਕਰਨ ਵਾਸਤੇ ਉਹਦੇ ਬਜਟ ਵਧਦੇ ਤੁਰੇ ਜਾ ਰਹੇ ਆ ਔਰ ਤੁਹਾਡੇ ਡਿਵੈਲਪਮੈਂਟ ਦੇ ਪਾਸੇ ਉਹ ਖਤਮ ਹੋ ਰਹੇ ਲੋਕ ਇਹੀ ਜਾਣਨਾ ਚਾਹੁੰਦੇ ਨੇ ਤੁਸੀਂ ਵੀ ਇੰਨੀ ਦਹਿਸ਼ਤਗਰਦੀ ਨੂੰ ਕਾਊਂਟਰ ਕਰਨ ਵਾਸਤੇ ਇੰਨੇ ਸਟੈਪਸ ਲੈ ਰਹੇ ਹੋ ਇਹ ਦਹਿਸ਼ਤਗਰਦੀ ਪਾਰਲੀਮੈਂਟ ਤੁਸੀਂ ਇਸ ਮੁੱਦੇ 'ਤੇ ਕਿਉਂ ਨਹੀਂ ਚਰਚਾ ਕਰ ਰਹੇ ਘੱਟ ਕਿਉਂ ਨਹੀਂ ਰਹੀ ਹੁਣ ਮੁੱਦਾ ਤਾਂ ਇਹ ਹੈ ਵੀ ਹੁਣ ਇੱਕ ਵੀ ਅਸੀਂ 3 ਅੱਤਵਾਦੀ ਗੁਰਦਾਸਪੁਰ 'ਚ ਮਾਰਤੇ ਅਤੇ ਇੱਕ ਨੂੰ ਫਾਂਸੀ ਲਾ ਤਾ ਉਹਦੇ ਨਾਲ ਦਹਿਸ਼ਤਗਰਦੀ ਖਤਮ ਨਹੀਂ ਹੁੰਦੀ ਜੀ ਜੀ ਮੈਂ ਉਹਨਾਂ ਨੂੰ ਉਹ 4 ਬੰਦੇ ਖਤਮ ਹੋ ਗਏ ਉਹਦੇ ਨਾਲ ਮੈਂ ਘਰੇ ਬੈਠਾ ਮਹਿਫੂਜ਼ ਮਹਿਸੂਸ ਨਹੀਂ ਕਰਦਾ ਐਜ਼ ਐਨ ਇੰਡੀਆ ਠੀਕ ਹੈ ਜੀ ਉਹ ਹੋ ਗਿਆ ਕੰਮ ਉਹ ਇੱਕ ਕੰਮ ਵਧੀਆ ਹੋਇਆ ਪਰ ਇਹ ਜਿਹੜੀ ਦਹਿਸ਼ਤਗਰਦੀ ਹੈ ਇਹ ਉਸ ਤੋਂ ਬਾਅਦ ਹੁਣ ਡਰ ਇਹ ਲੱਗਦਾ ਵੀ ਇਹਨਾਂ ਨੂੰ ਤਾਂ ਮਾਰਤਾ ਹੁਣ ਇੱਦੂ ਵੱਡਾ ਕਾਂਡ ਹੋਊਗਾ ਲੋਕਾਂ ਦੇ ਦਿਮਾਗ 'ਚ ਤਾਂ ਇੰਨਾ ਡਰ ਪੈਦਾ ਹੋ ਰਿਹਾ ਔਰ ਜਿਹੜੀ ਸਰਕਾਰ ਆ ਜਾਂ ਜਿਹੜੀ ਹੈਗੀ ਆ ਉਹ ਇੱਕ ਸਿਕਿਉਰਿਟੀ ਦਾ ਜੀ ਜੀ ਲੋਕ ਜਾਣਨਾ ਚਾਹੁੰਦੇ ਪਾਰਲੀਮੈਂਟ ਦੇ ਅੰਦਰ ਇਹ ਨਹੀਂ ਜਾਣਨਾ ਚਾਹੁੰਦੇ ਕਿ ਖਪਖਾਨਾ ਕਿੱਦਾਂ ਪੈ ਰਿਹਾ ਗਰੇਵਾਲ ਸਾਹਿਬ ਜਿੱਦਾਂ ਪ੍ਰਦੇਸ਼ ਜੀ ਨੇ ਇਸ਼ੂ ਰੇਜ਼ ਕੀਤਾ ਖਾਸ ਤੌਰ 'ਤੇ ਜੇ ਆਪਾਂ ਕਾਂਗਰਸ ਦੀ ਵੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵੀ ਆਗੂਆਂ ਦਾ ਕਹਿਣਾ ਕਿ ਅਸੀਂ ਚਾਹ ਪੀਣ ਜਾਂ ਸੈਂਡਵਿਚ ਖਾਣ ਨਹੀਂ ਜਾਂਦੇ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਮੁਲਕ ਦਾ ਪ੍ਰਧਾਨ ਮੰਤਰੀ ਆ ਇਹਨਾਂ ਮੁੱਦਿਆਂ ਦੇ ਉੱਤੇ ਆ ਕੇ ਗੱਲ ਕਰੇ ਪ੍ਰਧਾਨ ਮੰਤਰੀ ਇਸ ਮੁੱਦਿਆਂ ਦੇ ਉੱਤੇ ਆ ਕੇ ਕਿਉਂ ਨਹੀਂ ਬੋਲ ਰਿਹਾ ਬਈ ਚਰਚਾ ਸ਼ੁਰੂ ਹੋਏਗੀ ਉਸ ਦਾ ਜਵਾਬ ਦੇਣ ਤਾਂ ਪ੍ਰਧਾਨ ਮੰਤਰੀ ਆਏਗਾ ਅੱਜ ਜੈਟਲੀ ਜੀ ਨੇ ਕਿਹਾ ਕੀ ਹੈ ਇਹੀ ਤਾਂ ਕਿਹਾ ਉੱਥੇ ਜੀ ਕਿ ਚਰਚਾ ਸ਼ੁਰੂ ਤਾਂ ਕਰੋ ਫਿਰ ਪ੍ਰਧਾਨ ਮੰਤਰੀ ਜੀ ਵੀ ਆ ਜਾਣਗੇ ਜਵਾਬ ਦੇ ਦੇਣਗੇ ਤੁਸੀਂ ਚਰਚਾ ਦੀ ਸ਼ੁਰੂਆਤ ਨਹੀਂ ਕਰਦੇ ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਹੈ ਇੱਕ ਸੈਕਿੰਡ ਮੈਂ ਕਹਿੰਦੇ ਹਾਂ ਜੀ ਜੀ ਇਹਨਾਂ ਭਗਵਾਂ ਆਤੰਕਵਾਦ ਦੀ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਭਗਵਾਂ ਆਤੰਕਵਾਦ ਦੀ ਗੱਲ ਕਿਹਨੇ ਸ਼ੁਰੂ ਕੀਤੀ ਕਾਂਗਰਸ ਨੇ ਔਰ ਆਤੰਕਵਾਦੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇਹ ਮੰਨਣਾ ਕਿ ਉਹਦੀ ਕੋਈ ਜਾਤੀ ਧਰਮ ਜਾਂ ਵਰਗ ਨਹੀਂ ਹੁੰਦਾ ਉਹ ਦੇਸ਼ ਦੇ ਦੁਸ਼ਮਣ ਹੁੰਦੇ ਆ ਮਾਨਵਤਾ ਦੇ ਦੁਸ਼ਮਣ ਹੁੰਦੇ ਆ ਕਾਂਗਰਸ ਕਹਿੰਦੀ ਹੈ ਕਿ ਕਾਂਗਰਸ ਕਹਿੰਦੀ ਹੈ ਕਿ ਸਾਡੇ ਵੱਲ ਟਾਰਗੇਟ ਕੀਤਾ ਜਾ ਰਿਹਾ ਹੈ ਰੀਅਲ ਇਸ਼ੂ ਦੇ ਪਾਸੇ ਕਰਨ ਦੇ ਲਈ ਐਸਾ ਕੋਈ ਟਾਰਗੇਟ ਨਹੀਂ ਕੀਤਾ ਜਾ ਰਿਹਾ ਜੀ ਟਾਰਗੇਟ ਤਾਂ ਕਾਂਗਰਸ ਖੁਦ ਕਰਦੀ ਆ ਇਸ਼ੂਜ਼ ਭਟਕਾਉਂਦੀ ਆ ਔਰ ਉੱਥੇ ਸੰਸਦ ਚੱਲਣ ਨਹੀਂ ਦੇ ਰਹੇ ਉੱਥੇ ਚੱਲਣ ਦੇਣ ਪ੍ਰਧਾਨ ਮੰਤਰੀ ਜੀ ਵੀ ਜਵਾਬ ਦੇਣਗੇ ਅੱਜ ਸੁਸ਼ਮਾ ਜੀ ਜਵਾਬ ਦੇ ਰਹੇ ਸੀ ਉਹਨਾਂ ਦਾ ਜਵਾਬ ਸੁਣਨਾ ਨਹੀਂ ਚਾਹੁੰਦੇ ਗਰੇਵਾਲ ਜੀ ਗੱਲ ਤਾਂ ਹੈ ਜਿਹੜੀ ਵਾਰ ਵਾਰ ਵਿਰੋਧੀ ਧਿਰ ਕਹਿ ਰਹੀ ਆ ਸਾਡੇ ਪ੍ਰਧਾਨ ਮੰਤਰੀ ਪਹਿਲੇ ਪ੍ਰਧਾਨ ਮੰਤਰੀ ਜਿਹਨਾਂ ਬਾਰੇ ਕਿਹਾ ਜਾਂਦਾ ਸੀ ਘੱਟ ਬੋਲਦੇ ਹੁਣ ਵਾਲੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਬਾਰੇ ਤਾਂ ਬੋਲਣ ਦਾ ਕੋਈ ਰੋਲਾ ਹੀ ਨਹੀਂ ਕਿ ਉਹ ਕਿਉਂ ਨਹੀਂ ਪਾਰਲੀਮੈਂਟ 'ਚ ਆ ਕੇ ਵਿਰੋਧੀ ਧਿਰ ਦੇ ਅੱਗੇ ਆਪਣੀ ਗੱਲ ਸਪਸ਼ਟ ਕਰ ਦਿਓ ਕਹਿੰਦੇ ਕਿ ਸਾਨੂੰ ਦੱਸਿਆ ਜਾਵੇ ਸੰਸਦ ਚੱਲੇਗੀ ਚਰਚਾ ਸ਼ੁਰੂ ਹੋਏਗੀ ਤਦੀ ਤੇ ਪ੍ਰਧਾਨ ਮੰਤਰੀ ਜਵਾਬ ਦੇਣਗੇ ਉਸ ਦਾ ਜਦੋਂ ਚਰਚਾ ਹੀ ਨਹੀਂ ਚੱਲੇਗੀ ਕੀ ਪ੍ਰਧਾਨ ਮੰਤਰੀ ਜਵਾਬ ਦੇਣ ਗੱਲ ਹੀ ਨਹੀਂ ਸ਼ੁਰੂ ਹੋਣ ਓਕੇ ਕਰਨ ਸਾਹਿਬ ਪਾਰਲੀਮੈਂਟ ਨੂੰ ਚੱਲਿਆ 9 ਦਿਨ ਹੋਏ ਹਾਂ 21 ਜੁਲਾਈ ਤੋਂ ਸ਼ੁਰੂ ਹੋਏ 21 ਜੁਲਾਈ ਤੋਂ ਸ਼ੁਰੂ ਹੋਏ ਜੀ ਨਾ ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਮਨ ਕੀ ਬਾਤ ਕਰਤੇ ਹੈ ਪ੍ਰਧਾਨ ਮੰਤਰੀ ਜੀ ਫੋਰਨ ਕੰਟਰੀ ਮੈਂ ਜਾਤੇ ਹੈ ਵਹਾਂ ਜਾ ਕੇ ਬਾਤੇਂ ਕਰਤੇ ਹੈ ਪ੍ਰਧਾਨ ਮੰਤਰੀ ਜੀ ਹਰ ਮੁੱਦੇ ਪੇ ਬਾਤ ਕਰਤੇ ਹੈ ਪ੍ਰਧਾਨ ਮੰਤਰੀ ਜੀ ਭੈਣਾਂ ਨੂੰ ਰੱਖੜੀ ਕਿੱਦਾਂ ਬੰਨਣੀ ਹੈ ਰੱਖੜੀ ਬੰਨਣਾ ਸਿਖਾਉਂਦੇ ਹੈ ਲੇਕਿਨ ਪ੍ਰਧਾਨ ਮੰਤਰੀ ਜੀ ਇਹ ਨਹੀਂ ਦੱਸਦੇ ਕਿ ਵਸੁੰਧਰਾ ਰਾਜੇ ਦੇ ਉੱਤੇ ਕੀ ਕੇਸ ਹੈ ਅਤੇ ਉਹ ਕੀ ਗਲਤੀ ਹੈ ਉਹ ਅਤੇ ਮੈਂ ਕੀ ਐਕਸ਼ਨ ਲੈ ਰਿਹਾ ਵਿਆਪਕ ਵਿੱਚ 50 ਤੋਂ ਉੱਤੇ ਜ਼ਿਆਦਾ ਬੰਦੇ ਕਿਉਂ ਮਰ ਗਏ ਉੱਥੇ ਕੀ ਹੋਇਆ ਉਹ ਨਹੀਂ ਦੱਸਦੇ ਹੈਗੇ ਕਿ ਪੰਕਜਾ ਮੁੰਡੇ ਨੂੰ ਉੱਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਉਹ ਨਹੀਂ ਦੱਸਦੇ ਕਿ ਰਮਨ ਸਿੰਘ 36,000 ਕਰੋੜ ਰੁਪਏ ਦੇ ਘੁਟਾਲੇ 'ਚ ਇਨਵੋਲਵ ਹੈ ਉਹਦੇ ਲਈ ਮੈਂ ਕੀ ਕਰ ਰਿਹਾ
ਉਹ ਨਹੀਂ ਬੋਲਦੇ, ਉਹ ਵਨ ਰੈਂਕ ਵਨ ਪੈਨਸ਼ਨ ਤੇ ਨਹੀਂ ਬੋਲਦੇ, ਉਹ ਕੀ ਕਹਿੰਦੇ ਸਰ ਗਰੀਬ ਸਾਹਿਬ ਮੇਰੇ ਖਿਆਲ ਯਾਰ ਨੇ ਇਸ ਮੁੱਦੇ ਤੇ ਗੱਲ ਕਰਨੀ ਹੈ, ਜਿੱਥੇ ਫਸਦੇ ਨੇ ਵਨ ਰੈਂਕ ਵਨ ਪੈਨਸ਼ਨ ਤੇ ਨਹੀਂ ਬੋਲਦੇ, ਕਿਸੇ ਇਹੋ ਜਿਹੇ ਮੁੱਦੇ ਤੇ ਨਹੀਂ ਬੋਲਦੇ ਜਿੱਥੇ ਉਹਨਾਂ ਦਾ ਕੋਈ ਜਵਾਬ ਨਹੀਂ ਹੋਣਾ, ਤੇ ਇਧਰਲੀਆਂ ਉਧਰਲੀਆਂ ਗੱਲਾਂ ਰੱਖੜੀ ਬੰਨਣੀ ਕਿੱਦਾਂ ਚਾਹੀਦੀ ਹੈ ਕੁੜੀਆਂ ਨੂੰ, ਇਹ ਮਨ ਕੀ ਬਾਤ ਕਰਕੇ ਗਰੇਵਾਲ ਸਾਹਿਬ ਕਰਨਲ ਸਾਹਿਬ ਨੂੰ ਫੌਜੀਆਂ ਵਾਲਾ ਦੁੱਖ ਵੀ ਇਸ ਮੁੱਦੇ ਤੇ ਸਾਰੇ ਤੇ ਸੀ ਗੱਲ, ਇਹ ਲੋਕਤੰਤਰ ਦੀ ਮਰਿਆਦਾ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ ਉਸ ਵੇਲੇ ਪ੍ਰਧਾਨ ਮੰਤਰੀ ਜਾਂ ਕੋਈ ਮਿਨਿਸਟਰ ਕਿਸੇ ਅਹਿਮ ਮੁੱਦੇ ਤੇ ਸਦਨ ਦੇ ਅੰਦਰ ਹੀ ਜਵਾਬ ਦਿੰਦਾ, ਬਾਹਰ ਨਹੀਂ ਦਿੰਦਾ, ਇਸ ਕਰਕੇ ਉਹ ਸਦਨ ਦੀ ਮਰਿਆਦਾ ਦਾ ਸਤਿਕਾਰ ਚਰਚਾ ਤਾਂ ਸ਼ੁਰੂ ਹੋਣ ਦੇਵੇ, ਉਹ ਇਸੇ ਦੇ ਇੰਤਜ਼ਾਰ ਚ ਨੇ ਜਵਾਬ ਦੇਈਏ। ਸਿੱਧੂ ਸਾਹਿਬ ਮੇਰੀ ਗੱਲ ਸੁਣੋ, 21 ਜੁਲਾਈ ਨੂੰ ਸੈਸ਼ਨ ਸ਼ੁਰੂ ਹੋਇਆ, 21 ਜੁਲਾਈ ਤੋਂ ਕੇਸ ਪਹਿਲਾਂ ਦੇ ਨੇ ਕਿ ਬਾਅਦ ਦੇ ਨੇ, 21 ਜੁਲਾਈ ਤੋਂ ਪਹਿਲਾਂ ਇਹਨਾਂ ਨੂੰ ਮੂੰਹ ਚ ਕਿਉਂ ਘੁੰਗਣੀਆਂ ਪਾਈਆਂ ਹੋਈਆਂ ਸੀ, ਉਸ ਵੇਲੇ ਕਿਉਂ ਨੀ ਬੋਲੇ ਜੀ? ਜੇ ਹੁਣ ਇਹਨਾਂ ਨੇ ਕਿਹਾ ਕਿ ਮੈਨੂੰ ਚਰਚਾ ਸ਼ੁਰੂ ਕਰੋ ਮੈਂ ਬੋਲੂੰਗਾ, ਪਹਿਲਾਂ ਇਹਨਾਂ ਨੂੰ ਕੀ ਸੀ ਵਿੱਜ ਪਈ ਹੋਈ ਸੀ, ਉਦੋਂ ਕਿਹੜੀ ਸੀ ਬੋਲਦੇ ਜੀ? ਜੀ ਪੰਦੇਰ ਸਾਹਿਬ, ਜਿੱਦਾਂ ਤੁਸੀਂ ਬੀਂਗ ਜਰਨਲਿਸਟ ਦੇਖਦੇ ਹੋ ਕਿ ਇੱਕ ਰੁਤਬਾ ਹੈਗਾ ਪ੍ਰਾਈਮ ਮਿਨਿਸਟਰ ਦਾ, ਆਪਾਂ ਚੀਫ ਮਿਨਿਸਟਰਾਂ ਵੀ ਦੇਖਦੇ ਹੋ, ਪ੍ਰਾਈਮ ਮਿਨਿਸਟਰ ਨੂੰ ਵੀ ਦੇਖਦੇ ਹੋ, ਜਦੋਂ ਇੰਨਾ ਜ਼ਬਰਦਸਤ ਡੈਡਲੌਕ ਹੈ, ਸਾਰਾ ਦੇਸ਼ ਦੇਖ ਰਿਹਾ, ਆਪਾਂ ਨੈਕਸਟ ਕੁਐਸਚਨ 'ਤੇ ਮੈਂ ਇਸ ਮੁੱਦੇ ਦੇ ਉੱਤੇ ਵੀ ਆਉਣਾ, ਤਾਂ ਪ੍ਰਧਾਨ ਮੰਤਰੀ ਨੂੰ ਆ ਕੇ ਗੱਲ ਕਰਨ 'ਚ ਕੀ ਇਤਰਾਜ਼ ਹੈ? ਬਿਲਕੁਲ ਜੀ ਸਿੱਧੂ ਸਾਹਿਬ, ਇਹ ਤੁਹਾਡੀ ਗੱਲ ਹੈ, ਜਿਹੜੇ ਜੇ ਆਪਾਂ ਐਨਾਲਾਈਜ਼ ਕਰੀਏ ਦੋਨਾਂ ਦੇ ਆਪਣੇ ਜਿਹੜੇ ਸਾਥੀ ਨੇ ਇਸ ਡਿਬੇਟ ਦੇ ਵਿੱਚ ਵੀ ਜੀ ਜੀ, ਜੇ ਇਹਨਾਂ ਦੀ ਵੀ ਸਟੇਟਮੈਂਟਸ ਦੀ ਆਪਾਂ ਐਨਾਲਾਈਜ਼ ਕਰੀਏ, ਗੱਲ ਉੱਥੇ ਆ ਰਹੀ ਹੈ ਅਤੇ ਪਿਛਲੇ ਪ੍ਰਧਾਨ ਮੰਤਰੀ ਨਾਲੋਂ ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕੀਤੀ ਸੀ, ਇਸ ਪ੍ਰਧਾਨ ਮੰਤਰੀ ਨੂੰ ਲਿਆਉਣ ਦੇ ਵਿੱਚ ਐਡਾ ਬਹੁਮਤ ਮਿਲਣ ਦੇ ਵਿੱਚ ਇਸ ਲਈ ਸੀ ਕਿ ਇੱਕ ਸਟਰੋਂਗ ਆਦਮੀ, ਇੱਕ ਆਦਮੀ ਜਿਹਨੂੰ ਵੱਲਭ ਭਾਈ ਪਟੇਲ ਦੇ ਨਾਲ ਇਕੁਏਟ ਕੀਤਾ ਜਾਵੇ, ਹਾਂਜੀ ਵੀ ਉਹ ਓਨਾ ਸਟਰੋਂਗ ਹੈ ਜੀ ਜੀ, ਅਤੇ ਇਹ ਜਿਹੜੇ ਐਡੇ ਇਸ਼ੂਜ਼ ਜਿਹੜੇ ਦਰਪੇਸ਼ ਨੇ ਇਹਨਾਂ ਦੇ ਉੱਤੇ ਮੇਰੇ ਖਿਆਲ ਦੇ ਵਿੱਚ ਜੇ ਤੁਹਾਡੇ ਸਾਹਮਣੇ ਆ ਗਿਆ ਪਾਰਲੀਮੈਂਟ ਦੇ ਵਿੱਚ ਨਹੀਂ, ਲੋਕਾਂ ਦਾ ਜਿਹੜਾ ਹੈਗਾ, ਕਿਉਂਕਿ ਲੋਕਾਂ ਦਾ ਵਿਸ਼ਵਾਸ ਉਹਨਾਂ ਦੇ ਉੱਤੇ ਇੰਨਾ ਵਾ, ਉਹਨਾਂ ਨੂੰ ਆਪਣੇ ਲੋਕਾਂ ਦੇ ਵਿਸ਼ਵਾਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੋਕਾਂ ਨੂੰ ਐਡਰੈਸ ਜ਼ਰੂਰ ਕਰਨ, ਪਾਰਲੀਮੈਂਟ ਬਾਅਦ ਦੀ ਗੱਲ, ਪਾਰਲੀਮੈਂਟ ਬਾਅਦ 'ਚੋਂ ਹੋਊਗੀ, ਉਹ ਪਾਰਲੀਮੈਂਟ ਤਾਂ ਲੋਕਾਂ ਦੀ ਬਣਾਉਣੀ ਹੈ ਨਾ, ਉਹ ਲੋਕਾਂ ਨੂੰ ਤਾਂ ਐਡਰੈਸ ਕਰਨ, ਬਿਲਕੁਲ ਮੈਂ ਇਸ ਗੱਲ ਦੇ ਉੱਤੇ ਹੈਗੀ ਆ ਵੀ ਤੁਸੀਂ ਔਰ ਜਿਹੜੀ ਹੈ ਉਹਨਾਂ ਨੂੰ ਬੋਲਣ ਦਾ ਮੌਕਾ, ਉਹ ਜਿਹੜਾ ਹੈਗਾ ਪਾਰਲੀਮੈਂਟ 'ਚ ਅਗਰ ਜੇ ਆ ਕੇ ਉਹ ਬੋਲਣਾ ਚਾਹੁੰਦੇ ਆ, ਉਹ ਆਪੋਜੀਸ਼ਨ ਨੂੰ ਦੇਣਾ ਚਾਹੀਦਾ ਕਿ ਐਟਲੀਸਟ ਲੀਡਰ ਆਫ ਦੀ ਹਾਊਸ ਜਿਹੜਾ ਹੈ, ਇਹ ਵੀ ਮਰਿਆਦਾ ਹੈ ਪਾਰਲੀਮੈਂਟ ਦੀ ਕਿ ਲੀਡਰ ਆਫ ਆਉਣ ਤਾਂ ਸਹੀ। ਓਕੇ ਪੰਦੇਰ ਸਾਹਿਬ, ਜਦੋਂ ਤੁਸੀਂ ਕਿਹਾ ਗਰੇਵਾਲ ਸਾਹਿਬ, ਮੈਂ ਤੁਹਾਡੇ ਨਾਲ ਜਿਸ ਮੁੱਦੇ ਉੱਤੇ ਗੱਲ ਕਰਨਾ ਚਾਹੁੰਦਾ, ਪੰਦੇਰ ਜੀ ਨੇ ਇਸ਼ੂ ਕੀਤਾ ਕਿ ਆਮ ਆਦਮੀ ਨੂੰ ਕਿੱਦਾਂ ਨੁਕਸਾਨ ਹੋ ਰਿਹਾ, ਮੈਂ ਸਵਾਲ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ ਪਾਰਲੀਮੈਂਟ ਠੱਪ ਹੋਣ ਦੇ ਨਾਲ ਕਿੰਨਾ ਵੱਡਾ ਨੁਕਸਾਨ ਸਾਰੇ ਪੂਰੇ ਮੁਲਕ ਦਾ ਹੋ ਰਿਹਾ। ਪਿਛਲੇ 10 ਦਿਨਾਂ ਦੇ ਵਿੱਚ ਹੀ ਲੋਕ ਸਭਾ 'ਚ 162 ਕਰੋੜ ਔਰ ਰਾਜ ਸਭਾ 'ਚ 98 ਕਰੋੜ ਅਤੇ ਸਮੁੱਚੇ ਤੌਰ 'ਤੇ ਹੁਣ ਤੱਕ ਜਿਹੜੀਆਂ ਫਿਗਰਸ ਜਿਹੜੀਆਂ ਆਈਆਂ ਮੀਡੀਆ ਦੇ ਵਿੱਚ ਕੋਟ ਕੀਤੀਆਂ ਗਈਆਂ, ਬਕਾਇਦਾ 260 ਕਰੋੜ ਰੁਪਇਆ ਜਿਹੜਾ ਹੈਗਾ ਖਰਚ ਆ ਚੁੱਕਾ ਪਾਰਲੀਮੈਂਟ ਦੇ, ਜਿਹੜਾ ਨਹੀਂ ਚੱਲ ਰਿਹਾ ਇਸ ਸਾਰੇ ਇਸ਼ੂਜ਼ ਉੱਤੇ ਲੈ ਕੇ। ਅਤੇ ਗਰੇਵਾਲ ਸਿੰਘ ਜਦੋਂ ਨੇ ਇੰਪੋਰਟੈਂਟ ਸਾਡਾ ਜਿਹੜਾ ਹੈਗਾ ਇਹਨਾਂ ਲੋਕਾਂ ਦਾ ਪੈਸਾ ਕੀਮਤੀ ਜਿਹੜਾ ਸਰਮਾਇਆ ਹੋ ਰਿਹਾ ਬਰਬਾਦ ਹੋ ਰਿਹਾ, ਤਾਂ ਲੋਕਾਂ ਦੇ ਇਸ਼ੂ ਦੇ ਉੱਤੇ ਅਸੀਂ ਕਿਉਂ ਨਹੀਂ ਆਉਣਾ ਚਾਹੁੰਦੇ, ਗੱਲ ਕਿਉਂ ਨਹੀਂ ਹੁੰਦੀ? ਗੱਲ ਹੋਣ ਦੇਣ ਤਾਂ ਨਾ, ਅਪੋਜੀਸ਼ਨ ਨਹੀਂ ਹੋਣ ਦੇ ਰਹੀ, ਕਾਂਗਰਸ ਨਹੀਂ ਹੋਣ ਦੇ ਰਹੀ, ਸਿੱਧਾ ਸਿੱਧਾ ਬਾਕੀ ਸਭ ਸੁਣਨਾ ਚਾਹੁੰਦੇ ਨੇ। ਅੱਜ ਸੁਸ਼ਮਾ ਜੀ ਆਏ, ਉਹ ਕਹਿਣ ਲੱਗੇ ਕਿ ਮੈਂ ਪਿਛਲੇ 4-5 ਦਿਨ ਤੋਂ ਆ ਕੇ ਰਾਜ ਸਭਾ 'ਚ ਬੈਠ ਰਹੀ ਹਾਂ ਕਿ ਮੈਂ ਇਸ 'ਤੇ ਜਵਾਬ ਦੇਵਾਂ ਜੀ ਜੀ, ਉਹਦਾ ਉਹਨਾਂ ਦਾ ਜਵਾਬ ਸੁਣਨ ਨੂੰ ਤਿਆਰ ਨਹੀਂ। ਮੋਦੀ ਜੀ ਜੇ ਚਰਚਾ ਅੱਗੇ ਹੋਏਗੀ ਉਸ ਤੋਂ ਬਾਅਦ ਜਵਾਬ ਦੇਣ ਵਾਸਤੇ ਆਉਣਗੇ ਪ੍ਰਧਾਨ ਮੰਤਰੀ ਜੀ, ਓਕੇ, ਅਤੇ ਉਹ ਤਦ ਹੀ ਆਉਣਗੇ ਜੇ ਇਹ ਚਰਚਾ ਚੱਲਣ ਦੇਣਗੇ, ਇਹ ਸੁਣਨਾ ਹੀ ਨਹੀਂ ਚਾਹੁੰਦੇ। ਪੰਧੇਰ ਸਾਹਿਬ ਦੀ ਕਾਫੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਕਾਂਗਰਸ ਸਦਨ ਨੂੰ ਚੱਲਣ ਨਹੀਂ ਦੇਣਾ ਚਾਹੁੰਦੀ। ਪੰਧੇਰ ਸਾਹਿਬ, ਜਿਹੜਾ ਇਸ਼ੂ ਜਿਹੜਾ ਇਸ ਵੇਲੇ ਰੇਜ਼ ਹੋ ਗਿਆ, ਇਹਨਾਂ ਦਾ ਕਹਿਣਾ ਕਿ ਆਪਣੇ ਆਪਣੇ ਪਾਰਟੀਆਂ 'ਤੇ ਸਟੈਂਡ ਕਰਦੀਆਂ, ਚਾਹੇ ਗੱਲ ਆਪਾਂ ਵਿਧਾਨ ਸਭਾ ਦੀ ਗੱਲ ਕਰਦੇ ਹਾਂ, ਚਾਹੇ ਪਾਰਲੀਮੈਂਟ ਦੀ ਗੱਲ ਕਰਦੇ ਹਾਂ, ਜਿਹੜਾ ਇੱਕ ਪੋਲੀਟੀਕਲ ਕਲਚਰ ਡਿਵੈਲਪ ਹੋ ਰਿਹਾ ਕਿ ਹੁਕਮਰਾਨ ਧਿਰ ਅਤੇ ਵਿਰੋਧੀ ਧਿਰ ਟਕਰਾਅ 'ਚ ਆਹਮਣੋ ਸਾਹਮਣੇ ਖੜ੍ਹੇ ਹੋ ਕੇ ਵਿਧਾਨ ਸਭਾ ਨਹੀਂ ਚੱਲਦੀਆਂ, ਪਾਰਲੀਮੈਂਟ ਨਹੀਂ ਚੱਲਦੀ, ਸਾਡੀ ਜਿਹੜੀ ਡੈਮੋਕ੍ਰੇਸੀ ਹੈ ਜਿਹੜਾ ਮੌਜੂਦਾ ਸਿਸਟਮ ਹੈ ਉਹਦੇ 'ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਨਹੀਂ ਲੱਗਦਾ ਜਾ ਰਿਹਾ ਕਿ ਆਖਿਰਕਾਰ ਅਸੀਂ ਕਿਹੋ ਜਿਹਾ ਸਿਸਟਮ ਡਿਵੈਲਪ ਕਰ ਰਹੇ ਹਾਂ? ਬਿਲਕੁਲ ਜੀ, ਇਹ ਮੈਂ ਸ਼ੁਰੂ 'ਚ ਇਹੀ ਕਿਹਾ ਸੀ ਵੀ ਦੇਖਣ ਨੂੰ ਅਲੱਗ ਅਲੱਗ ਲੱਗ ਰਿਹਾ ਪਰ ਅੰਦਰਲੇ ਅੰਦਰ ਖਾਤੇ ਕਲਿਊਜ਼ਨ ਹੈ, ਕਿਉਂਕਿ ਜਿਹੜੇ ਮੁੱਦੇ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਬਚਾਇਆ ਜਾ ਰਿਹਾ ਜੀ ਜੀ, ਕਿਉਂਕਿ ਗਰੇਵਾਲ ਸਾਹਿਬ ਨੇ ਇੱਕ ਗੱਲ ਦੇ ਉੱਤੇ ਪਹਿਲਾਂ ਗੱਲ ਕੀਤੀ ਸੀ, ਇਹ ਬਿਲਕੁਲ ਇਹ ਚਾਹੁੰਦੇ ਕਿ ਲੈਜਿਸਲੇਸ਼ਨ ਨੂੰ ਹਟਾ ਕੇ ਆਰਡੀਨੈਂਸ ਦਾ ਰਸਤਾ ਬਣਾਇਆ ਜਾਵੇ ਜੀ, ਪਰ ਹੁੰਦਾ ਉਸੇ ਤਰ੍ਹਾਂ, ਤੁਹਾਡਾ ਲੈਂਡ ਬਿੱਲ ਦਾ ਤੁਸੀਂ ਸਾਹਮਣੇ ਤੇ ਤੁਹਾਡੇ ਸਾਹਮਣੇ ਆ ਕਿ ਲੈਂਡ ਬਿੱਲ ਵਾਲਾ ਜਿਹੜਾ ਸੀ ਉਹ ਪਾਰਲੀਮੈਂਟ ਉਹਨੂੰ ਪਾਸ ਨਹੀਂ ਕਰ ਸਕੀ ਅਤੇ ਉਹਦਾ ਆਰਡੀਨੈਂਸ ਹੋਇਆ, ਪਰ ਦੂਸਰੇ ਪਾਸੇ ਜੇ ਤੁਸੀਂ ਇਹ ਯਾਦ ਰੱਖਿਆ ਹੋਵੇ ਕਿ ਜਿਹੜਾ ਵਿਮਨ ਰੈਜ਼ਰਵੇਸ਼ਨ ਬਿੱਲ ਜਿਹੜਾ ਹੈਗਾ ਓਕੇ ਉਹਦੇ ਉੱਤੇ ਆਰਡੀਨੈਂਸ ਨਹੀਂ ਆਇਆ ਕਦੇ। ਓਕੇ ਓਕੇ, ਸਾਡੇ ਕੋਲ ਜੀ ਸਾਡੇ ਕੋਲ ਸਮਾਂ ਗਰਵਾ ਸਰ, ਲਾਸਟ ਕਮੈਂਟ ਕਿ ਵੀ ਜਿੱਦਾਂ ਦਾ ਸਿਸਟਮ ਬਣਦੇ ਜਾ ਰਿਹਾ ਪੋਲੀਟੀਕਲ ਸਿਸਟਮ ਦੇ ਉੱਤੇ ਕੁਐਸਚਨ ਉੱਠਦਾ ਜਿਹੜਾ ਹੈਗਾ, ਤਾਂ ਲੱਗਦਾ ਨਹੀਂ ਕਿ ਸਾਨੂੰ ਡੈਫੀਨੇਟਲੀ ਕੋਈ ਨਾ ਕੋਈ ਰਾਹ ਲੱਭਣਾ ਚਾਹੀਦਾ ਇਸ ਮੁੱਦੇ 'ਤੇ? ਰਾਹ ਜ਼ਰੂਰ ਲੱਭਣਾ ਚਾਹੀਦਾ, ਪਰ ਮੈਂ ਇਹਦੇ 'ਚ ਇੱਕ ਚੀਜ਼ ਕਹਿਣੀ
ਸਦਨ ਨੂੰ ਚੱਲਣ ਦੇਣਾ ਚਾਹੁੰਦੇ ਨੇ। ਸਿਰਫ ਕਾਂਗਰਸ ਆ ਜੋ ਸਦਨ ਨੂੰ ਨਹੀਂ ਚੱਲਣਾ ਚਾਹੁੰਦੀ, ਇਹ ਲੋਕ ਸਭਾ ਦੇ ਨਾਲ ਸਦਨ ਦੇ ਨਾਲ ਦੇਸ਼ ਦੇ ਲੋਕਾਂ ਨਾਲ ਨਾ ਇਨਸਾਫੀ ਆ। ਜੀ 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 ਗਰੇਵਾਲ ਸਾਹਿਬ, ਤੁਸੀਂ ਗੱਲ ਕਹਿ ਚੁੱਕੇ ਆ। ਕੰਨਾ ਸਾਹਿਬ, ਜਦੋਂ ਆਪਾਂ ਇੱਦਾਂ ਦੀ ਗੱਲ ਕਰਦੇ ਹਾਂ ਕਿ ਕਿਸੇ ਮੁੱਦਿਆਂ 'ਤੇ ਸਹਿਮਤੀ ਨਹੀਂ ਲੱਗਦੀ, ਲੱਗਦਾ ਹੈ ਕਿ ਵੀ ਦੇਸ਼ ਦੇ ਜਿਹੜਾ ਪਾਰਲੀਮੈਂਟਰੀ ਸਿਸਟਮ ਹੈ ਉਹਦੇ 'ਤੇ ਕੁਐਸਚਨ ਨਹੀਂ ਉੱਠ ਰਿਹਾ, ਇਹਦੇ ਬਾਰੇ ਹਾਂ ਜਾਂ ਨਾ 'ਚ, ਬਾਕੀ ਆਪਾਂ ਗੱਲ ਦਾ ਜਵਾਬ ਦੇਤਾ। ਇਹਦੇ ਵਿੱਚ ਹਾਂ ਜਾਂ ਨਾ ਨਹੀਂ, ਇਹ ਸਵਾਲ ਜਿਹੜਾ ਹੈ ਅੱਜ ਤੋਂ ਨਹੀਂ ਉੱਠ ਰਿਹਾ। ਜੀ ਜੀ, ਤੁਸੀਂ ਯੂਪੀ ਦੀ ਅਸੈਂਬਲੀ ਦੇ ਵਿੱਚ ਇੱਕ ਦੂਜੇ ਦੇ ਉੱਤੇ ਜੁੱਤੀਆਂ ਮਾਰਦੇ, ਮਾਈਕ ਮਾਰਦੇ, ਲੋਕ ਨਹੀਂ ਦੇਖੇ? ਇਸ ਜਿਹੜਾ ਸਿਸਟਮ ਦੇ ਵਿੱਚ ਇਹਨੂੰ, ਜਿਹਨੂੰ ਤੁਸੀਂ ਸਾਰਿਆਂ ਤੋਂ ਵੱਡਾ ਮੰਦਰ ਕਹਿੰਦੇ ਹੋ, ਉੱਥੇ ਜੋਤ ਪਤਾਣ ਜਦੋਂ ਹੁੰਦਾ ਦੇਖਦੇ ਤਾਂ ਲੋਕ ਜਿਹੜੇ ਹੈ ਇਸ ਗੱਲ ਨੂੰ ਆਪਣੇ ਲੀਡਰਾਂ ਨੂੰ ਦੇਖ ਕੇ। ਪਰ ਪੂਰੇ ਪੋਲੀਟੀਕਲ ਸੈਟਅਪ ਦੇ ਉੱਤੇ ਕੁਐਸਚਨ ਉੱਠ ਰਿਹਾ ਇਸ ਮੁੱਦੇ ਦੇ ਉੱਤੇ। ਦੈਟਸ ਰਾਈਟ। ਜੀ ਜੀ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਓਕੇ ਓਕੇ, ਕਹਿੰਦਾ ਸਰ ਮੈਂ ਇਹ ਕਹਿ ਰਿਹਾ ਹਾਂ, ਇਸੇ ਕਰਕੇ ਇਸ ਦੇਸ਼ ਦੇ ਵਿੱਚ ਟੈਰਰਿਜ਼ਮ ਆਪਣੀਆਂ ਰੂਟਸ ਫੜਦਾ। ਓਕੇ ਓਕੇ, ਜਿਹੜੇ ਅਹਿਮ ਮੁੱਦੇ ਆ। ਓਕੇ, ਥੈਂਕ ਯੂ ਵੈਰੀ ਮਚ। ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਜਿੱਦਾਂ ਦੀ ਸਿਚੁਏਸ਼ਨ ਬਣੀ ਵੀ ਆ ਪਾਰਲੀਮੈਂਟ ਦੇ ਅੰਦਰ, ਸਾਡੇ ਮਹਿਮਾਨਾਂ ਦੀ ਇਸ ਮੁੱਦੇ 'ਤੇ ਵੀ ਸਹਿਮਤੀ ਹੈ ਕਿ ਕੋਈ ਨਾ ਕੋਈ ਜਿਹੜਾ ਲਾਜ਼ਮੀ ਹੱਲ ਕੱਢਿਆ ਜਾਣਾ ਚਾਹੀਦਾ, ਚਾਹੇ ਵਿਧਾਨ ਸਭਾ ਦੀ ਗੱਲ ਹੈ ਅਤੇ ਇਸ ਵੇਲੇ ਮੁੱਦਾ ਜਿਵੇਂ ਪਾਰਲੀਮੈਂਟ ਦਾ ਹੈਗਾ। ਕਿਉਂਕਿ ਪਹਿਲਾਂ ਹੀ ਦੇਸ਼ ਦੇ ਅੰਦਰ ਜਿਹੜੇ ਆਮ ਲੋਕ ਹੈਗੇ ਆ, ਉਹ ਰਾਜਸੀ ਪਾਰਟੀਆਂ ਦੇ ਜਿਹੜੇ ਕਿਰਦਾਰ ਆ ਜਾਂ ਉਹਨਾਂ ਦੇ ਜਿਹੜੇ ਇਸ਼ੂ ਹੈ, ਉਹਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਆ। ਜੇ ਮੌਜੂਦਾ ਪਾਰਲੀਮੈਂਟ ਸੈਸ਼ਨ ਵੀ ਇਸ ਤਰ੍ਹਾਂ ਹੀ ਜਿਹੜਾ ਹੈਗਾ ਮੌਨਸੂਨ ਦੀ ਭੇਟ ਚੜ੍ਹ ਗਿਆ, ਤਾਂ ਦੇਸ਼ ਦੇ ਜਿਹੜਾ ਇਸ ਸਿਸਟਮ ਦੇ ਉੱਤੇ, ਖਾਸ ਤੌਰ 'ਤੇ ਜਿਹੜਾ ਮੌਜੂਦਾ ਪੋਲੀਟੀਕਲ ਸਿਸਟਮ ਹੈ, ਉਹਦੇ 'ਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ 'ਚ ਸ਼ਾਮਿਲ ਹੋਣ ਦੇ ਲਈ ਮੈਂ ਗਰੇਵਾਲ ਸਾਹਿਬ, ਕਰਨਲ ਸਿੜੀ ਕੰਬੋਜ ਅਤੇ ਪੰਦੇਰ ਸਾਹਿਬ, ਤਿੰਨਾਂ ਦਾ ਧੰਨਵਾਦੀ ਹੈ। ਔਰ ਇਸ ਜਿਹੜੀ ਦੋ ਪੜਾਅ ਵਿੱਚ ਚਰਚਾ ਕੀਤੀ ਗਈ ਹੈ, ਇਸ ਮੁੱਦੇ 'ਤੇ ਆਪਣੇ ਦਰਸ਼ਕਾਂ ਦੀ ਰਹਿ ਜਾਣਨ ਦੇ ਲਈ ਸਾਡੇ ਪ੍ਰੋਗਰਾਮ ਦਾ ਪਤਾ ਜਗਤਾਰ ਸਿੱਧੂ @globalpunjabtv.com। ਕਿਸੇ ਨਵੇਂ ਮੁੱਦੇ ਨੂੰ ਲੈ ਕੇ ਮੈਂ ਮੁੜ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਵਾਂਗਾ।